ਸਲੋਕ ਮਹੱਲਾ ਦੂਜਾ ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ ਇਸ ਵਿੱਚ ਨੌ ਨਿਧ ਨਾਮ ਏਕ ਭਾਲੈ ਗੁਣੀ ਗਹੀਰ ਕਰਮਵੰਤੀ ਸਾਲਾਹਿਆ ਸਤਿਗੁਰੂ ਜੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਹਿਬ ਸੰਗਤ ਜੀ ਸ੍ਰੀ ਖਡੂਰ ਸਾਹਿਬ ਵਿੱਚ ਸਤਿਗੁਰੂ ਮਹਾਰਾਜ ਗੁਰੂ ਅੰਮ੍ਰਿਤ ਸਾਹਿਬ ਸੱਚੇ ਪਾਤਸ਼ਾਹ ਜੀ ਨਿਵਾਸ ਕਰ ਰਹੇ ਸਨ। ਸਿੱਖ ਸੰਗਤਾਂ ਦਰਸ਼ਨ ਦੇਖ ਦੇਖ ਕੇ ਨਿਹਾਲ ਹੁੰਦੀਆਂ ਹਨ। ਇੱਕ ਸਿੱਖ ਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸੋਂ ਬੇਨਤੀ ਕਰਕੇ ਪੁੱਛਿਆ ਕਿ ਸੱਚੇ ਪਾਤਸ਼ਾਹ ਅੱਠਾਂ ਪੈਰਾਂ 'ਚ ਕੀ ਪ੍ਰੋਗਰਾਮ ਹੋਣਾ ਚਾਹੀਦਾ ਇਸ ਜੀਵ ਦਾ, ਕਿਸ ਪ੍ਰਕਾਰ ਇਹਦਾ ਉਧਾਰ ਹੋ ਜਾਵੇ। ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਸਾਰਿਆਂ ਨੂੰ ਸਾਂਝਾ ਉਪਦੇਸ਼ ਜਿੰਨੀਆਂ ਸੰਗਤਾਂ ਬੈਠੀਆਂ ਸਨ, ਭਾਈ ਮੇਰੇ ਆਰਗ ਚੋਰ ਜਿਹੜੇ ਅੱਗ 'ਚ ਨਹੀਂ ਸਰ ਸਕੇ ਉਹ ਵੀ ਚੋਰੀ ਛੱਡ ਕੇ ਨਿਹਾਲ ਹੋ ਚੁੱਕੇ ਸਨ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸਭਨਾਂ ਨੂੰ ਸੰਗਤਾਂ ਨੂੰ ਉਪਦੇਸ਼ ਦਿੰਦੇ ਹਨ, ਆਗਿਆ ਕਰਦੇ ਹਨ। ਸਲੋਕ ਮਹੱਲਾ ਦੂਜਾ ਅੱਠੀ ਪਹਿਰੀ ਅੱਠ ਖੰਡ। ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਅੱਠ ਪਹਿਰ ਹੈ ਇਹ ਅੱਠ ਖੰਡ ਸਮਝਣੇ ਚਾਹੀਦੇ ਹਨ। ਨਾਵਾਂ ਖੰਡ ਸਰੀਰ, ਨਾਵਾਂ ਖੰਡ ਸਰੀਰ, ਇਹੋ ਹੀ ਨੌ ਖੰਡ ਸਮਝਣੇ ਚਾਹੀਦੇ ਹੈ। ਅੱਠ ਪਹਿਰ ਜਿਹੜੇ ਗੁਜ਼ਰਦੇ ਹੈ ਤੇ ਨੌਵਾਂ ਸਰੀਰ ਹੈ, ਇਹ ਨੌ ਖੰਡ ਹੋਣਗੇ। ਇਸ ਵਿੱਚ ਨੌ ਨਿਧ ਨਾਮ ਏਕ, ਨੌਵਾਂ ਖੰਡਾਂ ਦੇ ਅੰਦਰ ਰਹਿਣ ਵਾਲਾ ਜੋ ਇੱਕ ਪਰਮੇਸ਼ਵਰ ਦਾ ਨਾਮ ਹੈ। ਭਲ ਹੈ ਗੁਣੀ ਗਹੀਰ, ਸਰੀਰ ਚੋਂ ਅੱਠਾਂ ਪਹਿਰਾਂ ਚ ਭਾਲ ਲੈਂਦੇ ਸਿਮਰਨ ਕਰਕੇ, ਉਹ ਗੁਣਾਂ ਦੇ ਗਹੀਰ ਖਜ਼ਾਨੇ ਬਣ ਜਾਂਦੇ ਹੈ, ਉਹ ਗੁਣਾਂ ਦੇ ਸਮੁੰਦਰ ਬਣ ਜਾਂਦੇ ਹਨ। ਇਸੇ ਪ੍ਰਕਾਰ ਅੱਠੀ ਪਹਿਰੀ ਅੱਠ ਖੰਡ, ਮਹਾਰਾਜ ਸਾਨੂੰ ਅੱਠਾਂ ਪਹਿਰਾਂ ਚ ਕੀ ਕਰਨਾ ਚਾਹੀਦਾ, ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਅੱਠਾਂ ਪਹਿਰਾਂ ਚ ਵੀ ਅੱਠਾਂ ਦਾ ਖੰਡਨ ਕਰੋ। ਕਾਮ ਕਰੋ ਲੋ ਮੋਹ ਹੰਕਾਰ ਤੇ ਰਜੋ ਸਤੋ ਤਮੋ, ਇਹ ਤਿੰਨਾਂ ਗੁਣਾਂ ਦਾ ਤੇ ਪੰਜਾਂ ਵਿਸ਼ਿਆਂ ਵਿਕਾਰਾਂ ਦਾ ਖੰਡਨ ਕਰੋ, ਜਾਂ ਅੱਠੀ ਪਹਿਰੀ ਅੰਡ ਅੱਠ ਖੰਡ, ਅੱਠਾਂ ਪਹਿਰਾਂ ਵਿੱਚ ਅੱਠ ਪੰਜੇ ਵਿਸ਼ੇ ਸਭ ਸਪਰਸ਼ ਰੂਪ ਰਸ ਗੰਧ ਤੇ ਸਤਜੜ ਦੁੱਖ ਰੂਪ ਤਿੰਨ ਜੋ ਸੁਭਾਅ ਮਾਇਆ ਦੇ, ਇਹਨਾਂ ਅੱਠਾਂ ਦਾ ਖੰਡਨ ਕਰੋ। ਨਾਵਾਂ ਖੰਡ ਸਰੀਰ, ਨਾਵਾਂ ਸਰੀਰ ਦਾ ਜਿਹੜਾ ਅਭਿਮਾਨ ਹੈ ਇਹਦਾ ਖੰਡਨ ਕਰੋ। ਹਜ਼ੂਰ ਫਰਮਾਉਂਦੇ ਹਨ ਇਸੇ ਪ੍ਰਕਾਰ ਅੱਠੀ ਪਹਿਰੀ ਅੱਠ ਖੰਡ, ਅੱਠਾਂ ਪਹਿਰਾਂ ਵਿੱਚ ਅੱਠਾਂ ਨੂੰ ਪਹਿਰ ਨਾ ਕਰੋ। ਵਿਰਾਗ ਵਿਵੇਕ ਖੜਸਪਤੀ ਮੋਖ ਇੱਛਾ ਅਤੇ ਸਰਵਣ ਮੰਨਣ ਨਿਧਿਆਸਨ ਤੱਕ ਦਾ ਸੋਧਨ, ਇਹਨਾਂ ਨੂੰ ਅੱਠਾਂ ਨੂੰ ਪਹਿਰ ਨਾ ਕਰੋ। ਅੱਠਾਂ ਪਹਿਰਾਂ 'ਚ ਇਹਨਾਂ ਗੁਣਾਂ ਨੂੰ ਨਾਵਾਂ ਅੱਠ ਖੰਡ, ਅੱਠ ਖੰਡ ਅਤੇ ਅੱਠਾਂ ਦੇ ਤਾਂ ਪੰਜੇ ਕਲੇਸ਼ ਜਿਹੜੇ ਹਨ, ਵਿਦਿਆ ਸਮਤਾ ਰਾਗ ਦੁਆਸ਼ ਅਭਿਨਿਵੇਸ਼ ਆਦਿਕ, ਇਹ ਪੰਜ ਕਲੇਸ਼ ਤੇ ਤਿੰਨ ਤਰ੍ਹਾਂ ਦਾ ਕਾਰਨ ਸੂਖਮ ਸਥੂਲ, ਇਹ ਤਿੰਨਾਂ ਦੇਹਾਂ ਦਾ ਅਭਿਆਸ, ਇਹਨਾਂ ਦਾ ਖੰਡਨ ਕਰੋ। ਨਾਵਾਂ ਖੰਡ ਸਰੀਰ, ਨਾਵਾਂ ਖੰਡਨ ਕਰੋ ਸਰੀਰ ਦਾ। ਇਹ ਸਰੀਰ ਜੋ ਸੰਸਾਰ ਦੇ ਅੰਦਰ ਮਾਤਾ ਪਿਤਾ ਦੇ ਸੰਬੰਧ ਕਰਕੇ ਪੈਦਾ ਹੋਇਆ ਹੈ, ਇਹਦਾ ਜਿਹੜਾ ਮਾਨ ਹੈ ਕਿ ਮੈਂ ਦੇਹ ਹਾਂ ਮੈਂ ਦੇਹ ਹਾਂ, ਇਹ ਨੌਵਾਂ ਖੰਡ ਸਮਝੋ, ਇਹਦਾ ਖੰਡਨ ਕਰੋ। ਪਹਿਲਾਂ ਤਾਂ ਜਾਗਰ ਸੁਖਨ ਸੁਖੋਗ ਜਿਹੜੀਆਂ ਅਵਸਥਾ ਹੈ ਨਾ, ਇੱਥੇ ਸੂਖਮ ਸਥੂਲ ਕਾਰਨ ਦੇ ਥਾਂ ਤਿੰਨ ਪੰਜੇ ਕਲੇਸ਼ ਤੇ ਜਾਗਰ ਸੁਖਨ ਸੁਖੋਗ ਅਵਸਥਾ, ਇਹਨਾਂ ਅੱਠਾਂ ਦਾ ਖੰਡਨ ਕਰੋ ਤੇ ਨੌਵਾਂ ਦੇਹ ਦੇ ਆਪ ਦਾ ਖੰਡਨ ਕਰੋ ਸਰੀਰ ਦਾ। ਇਸ ਵਿੱਚ ਨੌ ਨਿਧ ਨਾਮ ਏਕ, ਜਿਹਨਾਂ ਨੇ ਆਪਣੀ ਦੇਹ ਦੇ ਆਪ ਦਾ ਖੰਡਨ ਕੀਤਾ ਹੈ ਉਹ ਇਸ ਸਾਧ ਸੰਗਤ ਦੇ ਵਿੱਚੋਂ ਇੱਕ ਪਰਮੇਸ਼ਵਰ ਨਾਮ ਦਾ ਜੋ ਨਾਮ ਖਜ਼ਾਨਾ ਹੈ। ਭਲ ਹੈ ਗੁਣੀ ਗਹੀਰ, ਜਿਹੜੇ ਭਾਲ ਲੈਂਦੇ ਗੁਣਾਂ ਦੇ ਭਾਈ ਸਮੁੰਦਰ ਬਣ ਜਾਂਦੇ ਹਨ। ਕਰਮਵੰਤੀ ਸਾਲਾਹਿਆ, ਜਿਹਨਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੈ, ਕਿਰਪਾ ਵਾਲਿਆਂ ਨੇ, ਨਿਸ਼ਕਾਮ ਕਰਮਾਂ ਵਾਲੀਆਂ ਮਹਾਤਮਾ ਸਖੀਆਂ ਨੇ ਉਸ ਪਰਮੇਸ਼ਵਰ ਨੂੰ ਸਲਾਹਣਾ ਕੀਤਾ ਹੈ। ਨਾਨਕ ਕਰ ਗੁਰ ਪੀਰ, ਉਹਨਾਂ ਨੇ ਆਪਣੇ ਗੁਰੂ ਨਾਨਕ ਸਾਹਿਬ ਜੋ ਹਿੰਦੂਆਂ ਦੇ ਗੁਰੂ ਹੈ, ਜੋ ਮੁਸਲਮਾਨਾਂ ਦੇ ਪੀਰ ਹੈ ਜਾਹਰ ਪੀਰ ਜਗਤ ਗੁਰ ਬਾਬਾ, ਉਹਨਾਂ ਨੂੰ ਆਪਣਾ ਗੁਰ ਪੀਰ ਗੁਰੂ ਅੰਮ੍ਰਿਤ ਸਾਹਿਬ ਜੀ ਕਹਿੰਦੇ ਹਨ। ਸਤਿਗੁਰੂ ਨਾਨਕ ਜੋ ਹਿੰਦੂਆਂ ਦੇ ਗੁਰੂ ਹੈ, ਮੁਸਲਮਾਨਾਂ ਦੇ ਪੀਰ ਹੈ, ਸਿੰਘਾਂ ਸਿੱਖਾਂ ਦੇ ਗੁਰ ਪੀਰ ਪ੍ਰਤਾਖੀ ਹਨ, ਸੱਚੇ ਪਾਤਸ਼ਾਹ ਪੀਰ ਵੱਡੇ ਜੋ ਗੁਰੂ ਹੈ, ਜੋ ਗੁਰੂ ਜੰਮਣ ਮਨ ਦੀ ਪੀੜਾ ਨੂੰ ਮੇਟਣ ਵਾਲੇ ਹੈ, ਹਉਮੈ ਦੀ ਪੀੜਾ ਨੂੰ ਮੇਟਣ ਵਾਲੇ ਹੈ, ਵਿਦਿਆ ਦੀ ਪੀੜ ਨੂੰ ਮੇਟਣ ਵਾਲੇ ਹੈ,
ਉਹਨਾਂ ਨੂੰ ਗੁਰੂ ਪੀਰ ਨੂੰ ਆਪਣਾ ਗੁਰੂ ਜੀ ਨਾਲ ਮਨਾਇਆ, ਗੁਰੂ ਨਾਨਕ ਸਾਹਿਬ ਨੂੰ ਉਹ ਭਾਗਾਂ ਵਾਲਿਆਂ ਨੇ ਪਰਮੇਸ਼ਰ ਨੂੰ ਸਲਾਹੁਣਾ ਕੀਤਾ ਹੈ। ਚੌਥੇ ਪਹਿਰ ਸੁਭਾਹਕ ਚੌਥੇ ਪਹਿਰ ਚ ਕੀ ਕਰਨਾ ਚਾਹੀਦਾ? ਮਹਾਰਾਜ ਕਹਿੰਦੇ ਚੌਥਾ ਪਹਿਰ ਜਿਹੜਾ ਸੁਭਾਅ ਦਾ ਹੈ ਨਾ, ਅੰਮ੍ਰਿਤ ਵੇਲਾ ਸੁਰਤਿਆਂ ਉਪਜੈ ਚਾਅ, ਜਿਹੜੇ ਸੁਰਤ ਗਿਆਤ ਵਾਲੇ ਪੁਰਖ ਹੈ ਉਹਨਾਂ ਦਾ ਚਾਅ ਪੈਦਾ ਹੁੰਦਾ ਹੈ। ਜਦੋਂ ਸੁੱਤੇ ਪਏ ਉੱਠਦੇ ਆ ਉਹਨਾਂ ਦੀ ਸੁਰਤੀ ਜਿਹੜੀ ਹੈ ਨਾਮ ਚ ਲੱਗੀ ਹੁੰਦੀ ਹੈ, ਕਿਉਂ ਮਹਾਰਾਜ ਦੇ ਮਿਲਣ ਦਾ ਜਪਣ ਦਾ ਚਾਅ ਪੈਦਾ ਹੁੰਦਾ ਉਹਨਾਂ ਪ੍ਰਾਣੀਆਂ ਦੇ ਅੰਦਰ। ਤਿੰਨਾਂ ਦਰਿਆਵਾਂ ਸਿਓ ਦੋਸਤੀ ਉਹਨਾਂ ਮਹਾਤਮਾ ਦੀ, ਫਿਰ ਦਰਿਆਵਾਂ ਦੀ ਖੁੱਲੇ ਜਲ ਚ ਸਰੋਵਰਾਂ ਚ ਇਸ਼ਨਾਨ ਕਰਦੇ ਆ, ਇਸ ਪ੍ਰਕਾਰ ਉਹਨਾਂ ਦੇ ਇਸ਼ਨਾਨ ਨਾਲ ਸਭ ਤੋਂ ਪਹਿਲਾਂ ਪ੍ਰੀਤ ਹੁੰਦੀ ਹੈ। ਮਨ ਮੁਖ ਸੱਚਾ ਨਾਮ, ਉਹ ਇਸ਼ਨਾਨ ਕਰਕੇ ਮਨ ਕਰਕੇ ਵੀ ਨਾਮ ਜਪਦੇ ਸੱਚੇ ਦਾ, ਮੁਖ ਕਰਕੇ ਵੀ ਸੱਚੇ ਦਾ ਨਾਮ ਜਪਦੇ ਹੈ, ਇਸ ਪ੍ਰਕਾਰ ਉਹ ਗੁਰਮੁਖ ਉੱਤਮ ਭਗਤ ਨੂੰ ਪ੍ਰਾਪਤ ਹੁੰਦੇ ਹਨ। ਇਸੇ ਪ੍ਰਕਾਰ ਤਿੰਨਾਂ ਦਰਿਆਵਾਂ ਸਿਓ ਦੋਸਤੀ, ਦਰਿਆ ਵੀ ਨੇ ਜੋ ਗੁਰੂ ਸਾਹਿਬ ਦਰਬੀ ਭੂਤ ਹਨ, ਚਲਦੇ ਜਲਦੇ ਪ੍ਰਵਾਹ ਵੀ ਨਹੀਂ ਆਈ ਹਨ, ਗੁਰਦਰਿਆਓ ਸਦਾ ਜਲ ਨਿਰਮਲ ਮਿਲਿਆ ਦਰਮਤ ਮੈਲ ਹਰੇ, ਉਹਨਾਂ ਪੁਰਖਾਂ ਦੀ ਸਰਗਾਂ ਦੇ ਨਾਲ ਪ੍ਰੀਤ ਹੁੰਦੀ ਹੈ। ਮਨ ਮੁਖ ਸੱਚਾ ਨਾਮ, ਸਤਿਗੁਰਾਂ ਦੁਆਰਾ ਮਨ ਚ ਵੀ ਤੇ ਮੁਖ ਵਿੱਚ ਵੀ ਸੱਚੇ ਦੇ ਨਾਮ ਨੂੰ ਮੁਖ ਸਮਝ ਕਰਕੇ ਉਸ ਦਾ ਸਿਮਰਨ ਕਰਦੇ ਮਨ ਨਾਲ ਵੀ ਮੂੰਹ ਨਾਲ ਵੀ। ਉੱਥੇ ਅੰਮ੍ਰਿਤ ਵੰਡੀ ਹੈ, ਉੱਥੇ ਸਾਧ ਸੰਗਤ ਵਿੱਚ ਗੁਰੂ ਸਾਹਿਬ ਦੇ ਵਿੱਚ ਅੰਮ੍ਰਿਤ ਨਾਮ ਦੀ ਵੰਡ ਪ੍ਰਾਪਤ ਹੁੰਦੀ ਹੈ। ਕਿਹੜਾ ਪ੍ਰਸ਼ਾਦ ਵਰਤਾਈ ਦਾ ਕਿਉਂ ਅੰਮ੍ਰਿਤ ਨਾਮ ਦਾ ਕਥਾ ਕੀਰਤਨ ਦੁਆਰਾ ਇਹ ਵੰਡ ਪ੍ਰਾਪਤ ਹੁੰਦੀ ਹੈ। ਕਰਮੀ ਹੋਏ ਪਸਾਵ, ਉਹਨਾਂ ਦੇ ਚੰਗੇ ਨਿਸ਼ਕਾਮ ਕਰਮ ਕੀਤੇ ਹੁੰਦੇ ਹੈ ਉਹਨਾਂ ਨੂੰ ਪਸਾਵ ਦਾਤ ਪ੍ਰਾਪਤ ਹੁੰਦੀ ਹੈ, ਉਹਨਾਂ ਦੇ ਪਸਾਵ ਪ੍ਰਸੰਨ ਹੁੰਦਾ ਪਰਮੇਸ਼ਰ ਜਿਹਨਾਂ ਨੂੰ ਨਾਮ ਦੀ ਦਾਤ ਦੇ ਦਿੰਦਾ ਹੈ। ਕਾਂਚਨ ਕਾਇਆ ਕਸੀ ਹੈ, ਉਹ ਕਾਂਚਨ ਵਰਗੀ ਸ਼ੁੱਧ ਕਾਇਆ ਜਿਹਨਾਂ ਨੇ ਜਪ ਤਪ ਕਰਕੇ ਕੀਤੀ ਹੈ। ਕਸੀਏ ਪ੍ਰਤੀਖਿਆ ਦੇ ਵਿੱਚ ਕਹਿੰਦੇ ਹਨ, ਆਲਸ ਛੱਡ ਕੇ ਵਿਕਾਰਾਂ ਨੂੰ ਰੋਕ ਕੇ ਹਰ ਵਕਤ ਕੰਚਨ ਵਰਗੀ ਸ਼ੁੱਧ ਕੀਤੀ ਜਿਹੜੀ ਕਾਇਆ ਬੁੱਧ ਹੈ, ਇਹ ਪ੍ਰਤੀਖਿਆ ਪਰਖ ਕਰਨ ਨੂੰ ਮਹਾਰਾਜ ਸਾਹਿਬ ਕਸੌਟੀ ਲਾਉਂਦੇ ਹੈ। ਕਸੀਏ ਖਿੱਚੀ ਜਾਂਦੀ ਹੈ ਜਿਸ ਵਕਤ ਵਿਕਾਰਾਂ ਵੱਲੋਂ ਹਟ ਜਾਂਦੀ ਹੈ, ਨਿਰਵਿਕਾਰ ਜੀਵਨ ਪ੍ਰਾਪਤ ਹੋ ਜਾਂਦਾ। ਇਸ ਪ੍ਰਕਾਰ ਦੀ ਇਹ ਦੇਹ ਜਿਹੜੀ ਇਹ ਬੁੱਧ ਇਹ ਕਸੀ ਖਿੱਚੀ ਜਾਂਦੀ ਹੈ ਪ੍ਰੇਮ ਰੰਗ ਦੇ ਵਿੱਚ, ਐਸੀ ਕਸੀ ਜਾਂਦੀ ਹੈ ਕਸੌਟੀ ਵਿੱਚ। ਬੰਨੀ ਚੜਾ ਚੜਾ, ਉਹਨੂੰ ਮਹਾਰਾਜ ਸਾਹਿਬ ਸਿੰਘ ਜੀ ਕਹਿੰਦੇ ਹਨ ਬੰਨੀ ਚੜਾ ਚੜਾ, ਬਾਰਾਂ ਬੰਨੀ ਦਾ ਜਿਵੇਂ ਸੋਨਾ ਬਣ ਜਾਂਦਾ ਹੈ, ਇਸ ਪ੍ਰਕਾਰ ਤੁਰਿਆ ਪਲ ਦਿੱਤੀ ਬਾਰਾਂ ਬੰਨੀ ਦਾ ਚੜਾ ਉਹਨਾਂ ਤੇ ਚੜਦਾ ਹੈ। ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਮਨ ਤੇ ਬੁੱਧ ਬਾਰਾਂ ਰੁਕ ਜਾਂਦੇ ਹੈ। ਤੁਰਿਆ ਪਦ ਦੇ ਬੰਨੀ ਰੰਗ ਇਹਨੂੰ ਚੜਾ ਚੜਦਾ ਤੁਰਿਆ ਪਦ ਰੂਪ। ਜੇ ਹੋਵੇ ਨਦਰ ਸਰਾਫ ਕੀ, ਇਸ ਪ੍ਰਕਾਰ ਜਦੋਂ ਸਰਾਫ ਕੌਣ ਪਰਮੇਸ਼ਰ, ਸਰਾਫ ਕੌਣ ਗੁਰੂ ਦਾ, ਗੁਰੂ ਪਰਮੇਸ਼ਰ ਦਾ ਰੂਪ, ਜੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ, ਗੌੜ ਨਾ ਪਾਈ ਤਾਂ ਉਸ ਪੁਰਖ ਨੂੰ ਮਾਤਾ ਦੇ ਗਰਭ ਰੂਪੀ ਤਾਕ ਨਹੀਂ ਪਾਇਆ ਜਾਂਦਾ, ਸਲਾਕਿਆ ਨਹੀਂ ਜਾਂਦਾ, ਫਿਰ ਗਰਭ ਨਰਕ ਰੂਪੀ ਤਾਕ ਵਿੱਚ ਵੀ ਸੇਕ ਚ ਨਹੀਂ ਪਾਇਆ ਜਾਂਦਾ ਹੈ। ਨਰਕ ਦੀ ਅੱਗ ਦੇ ਤਾਕ, ਮਾਤਾ ਦੇ ਗਰਭ ਦੀ ਅੱਗ ਦੇ ਤਾਕ, ਈਰਖਾ ਦੀ ਅੱਗ ਦੇ ਤਾਕ ਨਹੀਂ ਉਹਨੂੰ ਪਾਇਆ ਜਾਂਦਾ, ਬਚਾਇਆ ਜਾਂਦਾ ਹੈ। ਸੱਤੀ ਪਹਿਰੀ ਸੱਤ ਭਲਾ, ਸੱਤਾਂ ਪਹਿਰਾਂ ਨੂੰ ਮਹਾਰਾਜ ਕੀ ਕੁਝ ਕਰਨਾ ਚਾਹੀਦਾ ਹੈ? ਮਹਾਰਾਜ ਕਹਿੰਦੇ ਸੱਤਾਂ ਪਹਿਰਾਂ ਚ ਸੱਤ ਸ੍ਰੇਸ਼ਟ ਪੁਰਖਾਂ ਦੀ ਸੰਗਤ ਕਰਨੀ ਅਤੇ ਸੱਚਾ ਵਿਹਾਰ ਕਰਨਾ, ਸਚਿਆਈ ਵਾਲੇ ਹੋਣਾ, ਸਤ ਸੰਤੋਖ ਦਿਆ ਧਰਮ ਧਾਰਨ ਕਰਨੀ, ਇਹ ਸੱਤ ਰੱਖਣਾ ਹੀ ਭਲਾ ਅੱਛਾ ਹੈ। ਪਰ ਦੇਖ ਪੁਰਾਣੀਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਬਹੀਏ ਪੜ੍ਹਿਆ ਪਾ, ਜਿਹੜੇ ਪੜ੍ਹੇ ਲਿਖੇ ਕੇਵਲ ਸ਼ੈਤਾਨੀ ਦੀ ਵਿਦਿਆ ਪੜ੍ਹਨ ਵਾਲਿਆਂ ਨੂੰ ਪੜ੍ਹੇ ਨਹੀਂ ਕਿਹਾ, ਜਿਹੜੇ ਧਾਰਨਾ ਕਰਨ ਵਾਲੇ ਆ ਗੁਰਮਤ ਦੇ ਤਾਈ, ਉਹਨਾਂ ਪੜ੍ਹਿਆਂ ਲਿਖਿਆਂ ਦੇ ਪਾਸ, ਵਿਦਵਾਨਾਂ ਦੇ ਪਾਸ, ਜੋ ਧਾਰਨਾ ਕਰਨ ਵਾਲੇ ਪ੍ਰੇਮੀ ਹਨ ਉਹਨਾਂ ਦੇ ਪਾਸ ਬੈਠ ਕੇ ਸੰਗਤ ਕਰੀਏ। ਉੱਥੇ ਪਾਪ ਪੁੰਨ ਵਿਚਾਰੀਏ, ਉੱਥੇ ਉਹਨਾਂ ਦੀ ਸੰਗਤ ਵਿੱਚ ਪਾਪ ਦਾ ਤਿਆਗ ਕਰਨ ਦੀ ਵਿਚਾਰ ਹੁੰਦੀ ਹੈ, ਪੁੰਨ ਸਿਮਰਨ ਭਜਨ ਕਰਨਾ ਅੰਮ੍ਰਿਤ ਵੇਲੇ ਉੱਠਣਾ ਇਹ ਪੁੰਨ ਹੈ, ਇਹ ਵਿਚਾਰ ਹੁੰਦੀ ਨਿਰਣਾ ਹੁੰਦਾ ਹੈ। ਕੂੜੇ ਘਟੇ ਰਾਸ, ਜਿਹੜੇ ਕੂੜੇ ਪਦਾਰਥਾਂ ਚਿੱਤ ਲੱਗਾ ਹੋਇਆ ਹੈ ਅਤੇ ਕੂੜੇ ਪਦਾਰਥਾਂ ਨੂੰ ਸੱਚੇ ਮੰਨੀ ਬੈਠਾ ਹੈ, ਕੂੜ ਝੂਠ ਆਦਿਕ ਬੋਲਣ ਦੀ ਜਿਹੜੀ ਰਾਸ ਸਰਦਾ ਹੈ ਉਹ ਘਟ ਜਾਂਦੀ ਹੈ, ਤੇ ਕੂੜ ਦੀ ਪੂੰਜੀ ਛੱਡ ਕੇ ਸੱਚੇ ਗੁਣ ਧਾਰਨ ਕਰ ਲਈਏ, ਸਭ ਸੰਤੋਖ ਦਿਆ ਧਰਮ ਵਿਚਾਰ। ਉੱਥੇ ਖੋਟੇ ਸੱਟੀ ਹੈ, ਉੱਥੇ ਸਾਧ ਸੰਗਤ ਜੇ ਝੂਠ ਛੱਡਦੀ ਹੈ ਤਾਂ ਗੁਰੂ ਸਾਹਿਬ ਦੀ ਸੰਗਤ ਚੋਂ ਸੱਚ ਮਿਲ ਜਾਂਦਾ ਹੈ, ਜੇ ਕਰਕੇ ਆਲਸ ਛੱਡਦੀ ਹੈ ਤਾਂ ਉਦੋਂ ਮਿਲ ਜਾਂਦਾ ਹੈ, ਇਸ ਪ੍ਰਕਾਰ ਕਾਮ ਛੱਡਦੀ ਹੈ ਤਾਂ ਵਸਤੂ ਵਿਚਾਰ ਪ੍ਰਾਪਤ ਹੋ ਜਾਂਦਾ ਹੈ,
ਲੋਭ ਛੱਡੀਏ ਤਾਂ ਸੰਤੋਖ ਪ੍ਰਾਪਤ ਹੋ ਜਾਂਦਾ, ਝੂਠ ਛੱਡੀਏ ਸਤ ਪ੍ਰਾਪਤ ਹੋ ਜਾਂਦਾ, ਅਧਰਮ ਪਾਪ ਛੱਡੀਏ ਤਾਂ ਧਰਮ ਪ੍ਰਾਪਤ ਹੋ ਜਾਂਦਾ। ਇਸ ਪ੍ਰਕਾਰ ਖੋਟੇ ਸੁਭਾਅ ਉੱਥੇ ਸਿੱਟ ਦੇਈਏ, ਛੱਡ ਦੇਈਏ, ਤਿਆਗ ਦੇਈਏ ਸੰਗਤ ਦੇ ਵਿੱਚ ਸੁਣ ਕੇ। ਹਰੇ ਕੀ ਕਹਿ ਸਾਵਾਸ, ਜਿਹੜੇ ਖਰੇ ਗੁਣ ਸਤਸੰਤੋਖ ਦਿਆ ਧਰਮ ਵਿਚਾਰ, ਉਹਨਾਂ ਦੇ ਸਵਾਹ ਧਨਵਾਦ ਕਰਕੇ ਧਾਰਨ ਕਰ ਲਈਏ ਸੰਗਤ ਦਾ, ਉਹਨਾਂ ਗੁਣਾਂ ਨੂੰ ਗ੍ਰਹਿਣ ਕਰੀਏ, ਔਗੁਣਾਂ ਨੂੰ ਛੱਡ ਦੇਈਏ। ਬੋਲਣ ਫਾਦਲ ਨਾਨਕਾ, ਅਤੇ ਮਹਾਰਾਜ ਦਾ ਭਾਵਾਂ ਨਾਲ ਮੰਨੀਏ। ਜਿਹੜਾ ਬੋਲਣਾ ਕਿ ਮੈਨੂੰ ਦੁੱਖ ਕਿਉਂ ਦਿੱਤਾ ਰੱਬ ਨੇ, ਮੈਨੂੰ ਸੁੱਖ ਕਿਉਂ ਨਹੀਂ ਦਿੱਤਾ, ਇਹ ਜਿਹੜਾ ਫਾਦਲ ਨਾ ਫਜੂਲ ਬੋਲਣਾ, ਵਿਅਰਥ ਬੋਲਣਾ, ਵਧੀਕ ਬਚਨ ਬੋਲਣੇ। ਫਾਦਲ ਕਹਿੰਦੇ ਅਵਾਲੀਏ ਜਿਹੜੇ ਹੈ ਉਹ ਫਾਦਲ ਵਧੀਕ ਬਚਨ ਨੂੰ, ਜਿਹੜਾ ਫਜੂਲ ਬੋਲਣਾ ਵਿਅਰਥ ਬੋਲਣਾ ਚੰਗਾ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਹਨ, ਦੁੱਖ ਸੁੱਖ ਸਤਿਨਾਮ ਪਾਸ, ਪਰਮੇਸ਼ੁਰ ਦੇ ਪਾਸੋਂ ਹੀ ਜੋ ਕੀਤੇ ਮਾੜੇ ਕਰਮ ਹੈ ਉਹਨਾਂ ਦਾ ਫਲ ਦੁੱਖ ਪ੍ਰਾਪਤ ਹੁੰਦਾ ਹੈ, ਜਿਹੜੇ ਚੰਗੇ ਕੀਤੇ ਕਰਮ ਉਹਨਾਂ ਅਨੁਸਾਰ ਫਲ ਪ੍ਰਾਪਤ ਸੁੱਖ ਪ੍ਰਾਪਤ ਹੁੰਦਾ। ਇਹ ਖਸਮ ਦੇ ਪਾਸੋਂ ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਹੜੇ ਦਾਤੇ ਦੀਏ। ਉਹ ਵਾਹਿਗੁਰੂ ਤਾਂ ਜਾਣਦਾ ਸੀ ਤਾਂ ਮੁੱਕਰ ਪੈ ਨਹੀਂ ਸੀ ਤਾਂ ਕੋਈ ਨਹੀਂ ਮਾੜਾ ਕੰਮ ਕੀਤਾ, ਪਰ ਵਾਹਿਗੁਰੂ ਤਾਂ ਜਾਣਦਾ ਨਾ ਦੁੱਖ ਤੇ ਸੁੱਖ ਪੂਰਵਲੇ ਕੀਤਿਆਂ ਕਰਮਾਂ ਅਨੁਸਾਰ ਮਹਾਰਾਜ ਦਿੰਦਾ ਹੈ, ਉਹ ਫਲ ਪ੍ਰਦਾਤਾ ਨਿਆਂਕਾਰ ਹੈ ਪਰਮੇਸ਼ੁਰ। ਮਹੱਲਾ ਦੂਜਾ, ਪੌਣ ਗੁਰੂ ਪਾਣੀ ਪਿਤਾ, ਗੁਰੂ ਗ੍ਰੰਥ ਸਾਹਿਬ ਦੇ ਪਾਸ ਇੱਥੇ ਆਏ, ਦਰਸ਼ਨ ਕਰਕੇ ਆਦੇਸ਼ ਦੇਸ਼ ਕਰਕੇ ਬੈਠਦੇ ਮੱਲ ਖਾੜਾ ਸਾਹਿਬ ਮਹਾਰਾਜ ਬੈਠੇ ਸਨ ਇੱਥੇ ਬੈਠਿਆਂ ਨੇ ਆ ਕੇ ਯੋਗੀਆਂ ਨੂੰ ਗੁਰੂ ਸਾਹਿਬ ਦੇ ਅੱਗੇ ਸਿੱਖ ਦੇਖ ਕੇ ਹੈਰਾਨ ਹੋ ਗਏ ਵੀ ਇਹ ਕੌਣ ਤਾਕਤਾਂ ਵਾਲੇ ਕਿੱਦਾਂ ਪ੍ਰਗਟ ਹੋ ਗਏ ਹੈ। ਉਸ ਵੇਲੇ ਮਹਾਰਾਜ ਦੇ ਨਾਲ ਪ੍ਰਸ਼ਨ ਉੱਤੇ ਕੀਤਾ, ਗੁਰੂ ਮਹਾਰਾਜ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਯੋਗ ਮਾਰਗ ਧਾਰਨ ਕਰੋ। ਤਾਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਸਿੱਧੋ ਤੁਹਾਡੇ ਨਾਲ ਚਰਚਾ ਬੜੀ ਹੋਈ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਤੁਹਾਨੂੰ ਸਾਰਿਆਂ ਨੂੰ ਹਰਾ ਕੇ ਕੰਨ ਫੜਾਏ ਆ ਚਰਚਾ ਕਰਕੇ, ਤੁਸੀਂ ਅਜੇ ਵੀ ਹੱਬਦੇ ਨੇ, ਈਰਖਾ ਦੇ ਨਾਲ ਆਪਦੇ ਯੋਗ ਮੱਧ ਚ ਲਿਆਉਣ ਵਾਸਤੇ ਸਾਨੂੰ ਇੱਥੇ ਆ ਕੇ ਪ੍ਰੇਰਨਾ ਕੀਤਾ ਹੈ। ਕਿਉਂ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਮਹਾਰਾਜ ਤੁਹਾਡੇ ਗੁਰੂ ਨਾਨਕ ਸਾਹਿਬ ਜੀ ਕਿਹਾ ਜਾਂ ਸਰੂਪ ਹੈ, ਤਾਂ ਸੁਣ ਕੇ ਗੁਰੂ ਅੰਗਦ ਸਾਹਿਬ ਨੂੰ ਉੱਤਰ ਦਿੱਤਾ ਇਹ। ਮਹੱਲਾ ਦੂਜਾ, ਪੌਣ ਗੁਰੂ ਪਾਣੀ ਪਿਤਾ, ਸਾਡੇ ਸਤਿਗੁਰੂ ਪੌਣ ਵਰਗੇ ਨਿਰਲੇਪ ਹਨਗੇ, ਪਾਣੀ ਦੁਨੀਆਂ ਸ਼ਾਂਤ ਚਿੱਤ ਹਨ, ਪਿਤਾ ਦੁਨੀਆਂ ਸਾਰੀ ਦੁਨੀਆਂ ਦੇ ਪਿਤਾ ਰੂਪ ਹਨ, ਹਮ ਬਾਲਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ। ਮਾਤਾ ਧਰਤ ਮਹਤ, ਫਿਰ ਮਾਤਾ ਜੀ ਨੀ ਆਈ ਹੈ ਉਪਦੇਸ਼ ਦੇ ਕੇ ਪਾਲਣਾ ਕਰਨ ਵਾਲੇ, ਧਰਤੀ ਵੀ ਨੀ ਆਈ ਹੈ ਖਿਮਾ ਰਖਾਉਣ ਵਾਲੇ, ਮਹੱਤ ਵੱਡੇ ਆਕਾਸ਼ ਵੀ ਨੀ ਆਈ ਹਨ ਸਾਡੇ ਸਤਿਗੁਰੂ ਜੀ। ਦਿਨ ਸੋ ਰਾਤ ਦੋਏ ਦਾਈ ਦਾਇਆ, ਨੀ ਆਏ ਜਿਸ ਦਿਨ ਦੇ ਕਦੇ ਤੋਂ ਦਿਨ ਰਾਹ ਦੁਸੀ ਆਉਂਦੇ ਆ ਗੁਰੂ ਸਾਹਿਬ ਕਰਕੇ ਸਾਰੇ ਵੇਦ ਸ਼ਾਸਤਰਾਂ ਦੇ, ਕੋਈ ਨਾਸਤਕ ਹੈ, ਕੋਈ ਆਸਤਕ ਹੈ, ਕੋਈ ਸਵਰਗ ਦੀ ਇੱਛਾ ਵਾਲਾ, ਕੋਈ ਵਰੁਣ ਲੋਕ ਦੀ ਇੱਛਾ ਵਾਲਾ, ਕੋਈ ਵਿਕੁੰਠ ਦੀਆਂ ਮੁਕਤੀਆਂ ਦੀ ਚਾਹਤ ਹੈ, ਇਹੋ ਸਾਰੇ ਰਾਹ ਦੁਸੇ ਆਉਂਦੇ ਉਹ ਦਿਨ ਦੀ ਨਿਆਈ ਗੁਰੂ ਸਾਹਿਬ ਹਨ, ਅਤੇ ਰਾਤ ਦੇ ਦੋ ਰਾਤਾਂ ਦੀ ਨਿਆਈ ਹਨ ਗੁਰੂ ਮਹਾਰਾਜ ਸਾਹਿਬ। ਦੋ ਰਾਤਾਂ ਇੱਕ ਮੱਸਿਆ ਦੀ ਰਾਤ ਹੁੰਦੀ ਹੈ, ਇੱਕ ਪੂਰਨਵਾਸੀ ਦੀ, ਮੱਸਿਆ ਦੀ ਰਾਤ ਦੀ ਨਿਆਈ ਨਿਰਵਿਕਲਪ ਸਮਾਧੀ ਚ ਟਿਕਾਉਣ ਵਾਲੇ ਗੁਰੂ ਸਾਹਿਬ ਹਨ, ਦੁਨੀਆਂ ਦੀ ਰਾਤ ਦੀ ਨਿਆਈ ਵਿਰਾਗ ਰੂਪੀ ਚੰਦਰਮਾ ਸਿੱਖਾਂ ਦੇ ਰੂਪ ਰੂਪੀ ਆਕਾਸ਼ ਚੜ੍ਹਾ ਕੇ ਸੁਭ ਗੁਣਾਂ ਦੇ ਤਾਰੇ ਚਮਕਾਉਣ ਵਾਲੇ ਹੈ, ਭਗਤੀ ਦੀ ਚਾਨਣੀ ਕਰਨ ਵਾਲੇ ਹਨ, ਜੋ ਦੋ ਰਾਤਾਂ ਦੀ ਨਹੀਂ ਗੁਰੂ ਸਾਹਿਬ ਜੀ ਹਨ। ਦਾਈ ਦਾਇ, ਦਾ ਵੀ ਨਹੀਂ ਦਾਈ, ਦਾਈ ਦਾਇ, ਦਾਇਆ ਨਹੀਂ ਦਾਇਆ, ਦਾਇਆ ਸ਼ਬਦ ਛੱਡਿਆ, ਦਾਈ ਦਾਇਆ, ਦਾਈ ਵੀ ਨਹੀਂ ਆਈ, ਜਿਵੇਂ ਦਾਈ ਬੱਚੇ ਦੀ ਪਾਲਣਾ ਕਰਦੀ ਹੈ, ਮਹਾਰਾਜ ਸਾਹਿਬ ਸਿੱਖ ਦੇ ਅੰਦਰ ਗੁਣਾਂ ਦੀ ਪਾਲਣਾ ਕਰਦੇ ਹੈ, ਦਾਇਆ ਜਿਵੇਂ ਬਾਗਾਂ ਦਾ ਸੈਲ ਕਰਾਉਂਦਾ ਹੈ, ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਹੋਰ ਸ਼ਾਸਤਰਾਂ ਦਾ ਜਿਸ ਪ੍ਰਕਾਰ ਆਉਂਦਾ, ਸੰਸਦ ਰਾਮ ਦੇ ਅੰਦਰ ਆਇਆ, ਪਰਸ ਰਾਮ ਰੋਵੇ ਘਰ ਆਇਆ, ਅਜੇ ਸਿਰ ਰੋਵੇ ਭਿੱਖਿਆ ਖਾਇਆ, ਇਸ ਪ੍ਰਕਾਰ ਹੋਰ ਸ਼ਾਸਤਰਾਂ ਦੀ ਸੈਰ ਬਾਗਾਂ ਦੀ ਕਰਾਉਣ ਵਾਲੇ ਦਾਏ ਵੀ ਹਨ ਗੁਰੂ ਸਾਹਿਬ ਜੀ। ਖੇਲੈ ਸਗਲ ਜਗਤ, ਦਾਇਆ ਪਾਸ ਨਹੀਂ ਸਾਡੇ, ਕਿਉਂ ਜੀ ਸਾਡੀਆਂ ਪੋਥੀਆਂ ਲਿਖਿਆ ਖੇਲੈ ਸਗਲ ਜਗਤ, ਸਾਰਾ ਜਗਤ ਨੂੰ ਖੇਲ ਕਰਕੇ ਵਿਖਾਉਂਦੇ ਗੁਰੂ ਸਾਹਿਬ, ਖੇਲ ਚੇਤਨ ਵਿੱਚ ਲੈ ਕਰ ਦਿੰਦੇ ਹਨ, ਕਾਫੀ ਨਹੀਂ ਜੋ ਚੇਤਨ ਚੰਗੇ ਆਈਆ ਬੁਰੇ ਆਈਆ ਵਿਖਾ ਕਰਕੇ ਵੀ ਚੰਗੇ ਕੰਮ ਕਰਿਆ ਕਰੋ,
ਬੁਰਾਈਆਂ ਬਾਕੀ ਬੁਰਾਈਆਂ ਤੋਂ ਬਚ ਕੇ ਰਿਹਾ ਕਰੋ। ਬਾਕੀ ਧਰਮ ਹਜ਼ੂਰ ਆਪਣੀ ਹਜ਼ੂਰੀ ਚ ਬਿਠਾ ਕੇ ਧਰਮ ਦਾ ਉਦੇਸ਼ ਵਾਚਿਆ ਉਚਾਰਨ ਕਰਦੇ ਹਨ। ਕਰਮੀ ਆਪੋ ਆਪਣੀ ਸਿੱਖ ਆਪੋ ਆਪਣੀ ਕਮਾਈ ਦੇ ਅਨੁਸਾਰ ਕੇ ਨੇੜੇ ਕੇ ਦੂਰ ਗੁਰੂ ਸਾਹਿਬ ਦੇ ਨਿਰਤਵਰਤੀ ਹੋ ਜਾਂਦੇ ਹੈ। ਕਈ ਸੇਵਾ ਜੇ ਸੇਵਾ ਗੁਰਪਾਸ ਗੁਰਕਾਰਾ ਲਾਇਆ ਇੱਕ ਬਾਹਰ ਸੇਵਾ ਚ ਜਾਂਦੇ ਹਨ। ਜਿੰਨੀ ਨਾਮ ਤੇ ਆਇਆ ਜਿਹੜੇ ਉਹ ਮਹਾਰਾਜ ਦੇ ਨਾਲ ਹਨ। ਜਿਨ੍ਹਾਂ ਸਿੱਖਾਂ ਨੇ ਮਹਾਰਾਜ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਗਏ ਮਸਕਤ ਮਸਕਤ ਮਿਹਨਤਾਂ ਨੂੰ ਘਾਲ ਕਮਾ ਕਰਕੇ ਇਹ ਦੁਨੀਆਂ ਤੋਂ ਮੁਕਤ ਹੋ ਗਏ ਹਨ। ਨਾਨਕ ਤੇ ਮੁਖ ਉਜਲੇ ਕਹਿੰਦੇ ਉਹਨਾਂ ਦੇ ਹਿੱਸ ਤੋਂ ਉਜਲ ਮੁੱਖ ਹਨ। ਹੋਰ ਕੀਤੀ ਛੁੱਟੀ ਨਾਲ ਹੋਰ ਸ਼ਬਦ ਵਰਤਿਆ ਹੋਰ ਕਿਤਨੀ ਸ੍ਰਿਸ਼ਟੀ ਉਹਨਾਂ ਦੀ ਸੰਗਤ ਨਾਲ ਕਰਕੇ ਮੁਕਤ ਹੋ ਗਈ ਛੁਟਕਾਰਾ ਪਾ ਗਈ। ਇਹ ਬਾਕੀ ਦੇ ਅਰਥ ਹੈਗੇ ਜਪ ਸਾਹਿਬ ਜਿੰਨੇ ਹੋਏ ਸਾਰੇ ਸਮਝਣੇ। ਮਹਾਰਾਜ ਸੰਸਾਰ ਦਾ ਗੁਰੂ ਕੌਣ ਹੈ ਕਹਿੰਦੇ ਕੌਣ ਹੈ ਗੁਰੂ ਤੇ ਪਾਣੀ ਪਿਤਾ ਪਾਣੀ ਕਰਕੇ ਸਾਰੇ ਦੀ ਪੈਦਾਸ਼ ਹੋਈ ਹੈ। ਮਾਤਾ ਧਰਤ ਮਹੱਤ ਅਜੇ ਧਰਤੀ ਮਾਤਾ ਮਹੱਤ ਵੱਡੀ ਦਿਨ ਸ ਰਾਤ ਦੋਏ ਦਾਈ ਦਾ ਜਪ ਸਾਹਿਬ ਦਿਵਸ ਸ਼ਬਦ ਹੈ ਇੱਥੇ ਦਿਨ ਸ ਰਾਤ ਇਉਂ ਪਾਠ ਕਰਨ ਵੇਲੇ ਖਿਆਲ ਰੱਖਿਆ ਕਰੋ। ਸੋਦਰ ਵੀ ਤਿੰਨੇ ਪ੍ਰਕਾਰ ਦੇ ਤਿੰਨ ਭੇਦ ਹਨ ਜਿਹੜੇ ਆਏ ਹੈ ਤੋ ਇਸੇ ਤਰ੍ਹਾਂ ਰਾਤ ਤੇ ਦਿਨ ਦੋਵੇਂ ਦਾਈ ਤੇ ਦਾਈ ਵੀ ਨਹੀਂ ਆਈ ਹਨ। ਖੇਲੇ ਸਗਲ ਜਗ ਸਾਰਾ ਜਗ ਜਿਵੇਂ ਪਾਤਸ਼ਾਹ ਦਾ ਲੜਕਾ ਖੇਲ ਲਾਉਂਦਾ ਇਹਨਾਂ ਵਿੱਚ ਖੇਲ ਰਿਹਾ ਦੁਨੀਆ ਵਿੱਚ ਚੰਗੇ ਆਈਆ ਬੁਰੇ ਆਈਆ ਦਾਈ ਦਾ ਦੱਸ ਦਿੰਦੇ ਨੇ ਵੀ ਅੱਜ ਇਹਨੇ ਚੰਗੇ ਕੰਮ ਕੀਤੇ ਬੁਰਾਈ ਕੀਤੀ ਹੈ। ਇਵੇਂ ਜਿਸ ਦਿਨ ਚੰਗੇ ਕੰਮ ਹੁੰਦੇ ਉਸ ਦਿਨ ਦੇ ਚੰਗੇ ਕੰਮ ਇਹਨਾਂ ਦੇ ਜਿਹੜੇ ਬੁਰਾਈ ਕਰਦੇ ਰਾਤ ਨੂੰ ਬੁਰਾਈਆਂ ਵਾਲੇ ਕੰਮ ਇਹਨੇ ਜੀਆਂ ਦੇ ਵਾਚੇ ਧਰਮ ਦਿਨ ਤੇ ਰਾਤ ਦਾਈ ਤੇ ਦਾਇਆ ਦੱਸ ਦਿੰਦੇ ਬਾਚ ਕੇ ਕਹਿ ਦਿੰਦੇ ਹਨਗੇ ਕਰਮੀ ਆਪੋ ਆਪਣੀ ਜਿਹੜੇ ਕਰਮ ਕੀਤੇ ਆਪੋ ਆਪਣੇ ਕਰਮਾਂ ਅਨੁਸਾਰ ਨੇੜੇ ਕੇ ਦੂਰ ਕਈ ਆਦਰ ਨਾਲ ਨੇੜੇ ਸੱਦੇ ਜਾਂਦੇ ਹੈ ਕਈ ਨੂੰ ਦੂਰੋਂ ਹੀ ਨਰਕ ਚ ਪਾਇਆ ਜਾਂਦਾ ਹੈ ਕਈ ਨੇੜੇ ਧਰਮਾਂ ਡੰਡ ਦੇਣ ਵਾਸਤੇ ਬੁਲਾ ਲੈਂਦਾ ਹੈ ਕਈਆਂ ਨੂੰ ਦੂਰ ਹੀ ਦੂਰ ਰਹੀ ਉਹ ਜਨਤੇ ਬਾਤ ਉਹ ਬਕੁੰਠ ਵੀ ਜਾ ਰਹਿੰਦੇ ਹਨ। ਜਿੰਨੀ ਨਾਮ ਤੇ ਆਇਆ ਸਾਰਿਆਂ ਤੋਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਗਏ ਮਸਕਤ ਕਹਾਲ ਕਮਾਈਆਂ ਕਰਕੇ ਪਾਰ ਉੱਪਰ ਚਲੇ ਗਏ ਪ੍ਰਿਆ ਪਾਰ ਵਿੱਚ ਨਾਨਕ ਤੇ ਮੁੱਖ ਉਜਲੇ ਕਹਿੰਦੇ ਨੇ ਉਜਲ ਹੋਣਗੇ ਲੋਕ ਉਹਨਾਂ ਦੇ ਮੁਖੀ ਮੁੱਖ ਇਸ ਲੋਕ ਚ ਵੀ ਪ੍ਰਲੋਕ ਚ ਵੀ ਹੋਰ ਕੇਤੀ ਛੁੱਟੀ ਨਾਲ ਕਿਤਨੀ ਸੰਗਤ ਕਰਨ ਵਾਲੀ ਸ੍ਰਿਸ਼ਟੀ ਉਹਨਾਂ ਨਾਲ ਮੁਕਤ ਨੂੰ ਪ੍ਰਾਪਤ ਹੋ ਗਈ ਛੁਟਕਾਰਾ ਪਾ ਗਈ। ਪੌੜੀ ਸੱਚਾ ਭੋਜਨ ਭਾਉ ਭਾਈ ਸੱਚਾ ਭੋਜਨ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪ੍ਰੇਮ ਦਾ ਹੈ ਜੀ ਨੂੰ ਮਹਾਰਾਜ ਦੇਣ ਸਤਿਗੁਰ ਦੱਸਿਆ ਸਤਿਗੁਰਾਂ ਨੇ ਕਿਰਪਾ ਕਰਕੇ ਦੱਸਣਾ ਕੀਤਾ ਹੈ ਸੱਚੇ ਹੀ ਪਤੀਆ ਜਿਹੜੇ ਸੱਚੇ ਨਾਮ ਨੂੰ ਜਪਦੇ ਨੇ ਚਿੱਤ ਪਤੀਤ ਜਾਂਦੇ ਆ ਮਹਾਰਾਜ ਵਿੱਚ ਪੂਰਨ ਸੱਚ ਵਿਗਸਿਆ ਸੱਚੇ ਨਾਮ ਕਰਕੇ ਮੈਂ ਚਿੱਤ ਵਿਗਸਿਆਉਂਦਾ ਖਿੜਿਆਉਂਦਾ ਹੈ ਸੱਚਾ ਕੋਟ ਗਿਰਾਂ ਸੱਚੇ ਪਾਤਸ਼ਾਹ ਦੇ ਕੋਟ ਕਿਲੇ ਤੇ ਗ੍ਰਾਮ ਹਨ ਬਣਾਏ ਹੋਏ ਨਿੱਜ ਘਰ ਵਸਿਆ ਉਹ ਸੰਸਾਰ ਰੂਪੀ ਕੋਟ ਬਣਾਇਆ ਹੋਇਆ ਇਹ ਜਿਹੜੇ ਸ਼ਹਿਰ ਹੋਣਗੇ ਬੜੇ ਬੜੇ ਬ੍ਰਹਿਮੰਡ ਹੋਣਗੇ ਗ੍ਰਾਮ ਪਿੰਡਾਂ ਦੀ ਨਹੀਂ ਆਈ ਹੈ ਆਪਦੇ ਨਿਜ ਸਰੂਪ ਵੀ ਘਰ ਚ ਵੱਸਦਾ ਹੈ ਸੱਚੇ ਦੇ ਜਿਹੜੇ ਕੋਟ ਸਰੀਰ ਰੂਪੀ ਕਿਲੇ ਹੈ ਤੇ ਅੰਤਾਕਰਨ ਰੂਪੀ ਗ੍ਰਾਮ ਪਿੰਡ ਹੋਣਗੇ ਨਿਜ ਘਰ ਆਪਦੇ ਦਸਵੇਂ ਦੁਆਰ ਚ ਵੱਸਦਾ ਹੈ ਉਹ ਪਰਮੇਸ਼ੁਰ ਇਸੇ ਪ੍ਰਕਾਰ ਸੱਚੇ ਕੋਟ ਦੇ ਰਾਂ ਸੱਚੇ ਪਰਮੇਸ਼ੁਰ ਦੀ ਪ੍ਰਾਪਤੀ ਆਪਦੇ ਸਾਧ ਸੰਗਤ ਰੂਪੀ ਕੋਟ ਹੈ ਜਿਨ੍ਹਾਂ ਨੂੰ ਸਿਰਸੰਗਤ ਰੂਪੀ ਕੋਟ ਦੀ ਪ੍ਰਾਪਤੀ ਹੋਈ ਹੈ ਉਹ ਸੁਭ ਗੁਣਾਂ ਦਾ ਗ੍ਰਾਮ ਉਹਨਾਂ ਦੇ ਹਿਰਦੇ 'ਚ ਵੱਸ ਗਿਆ ਸਤਸੰਤੋਖ ਦਿਆ ਧਰਮ ਵਿਚਾਰ ਦਾ ਫਿਰ ਉਹਨਾਂ ਤੁਰਿਆ ਪਦ ਰੂਪੀ ਘਰ 'ਚ ਉਹਨਾਂ ਦਾ ਮਨ ਵੱਸ ਗਿਆ ਹੈ ਸੱਚਾ ਕੋਟ ਗ੍ਰਾਮ ਨਹੀਂ ਘਰ ਵੱਸਿਆ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਰੂਪੀ ਸੱਚੇ ਕੋਟ ਦੀ ਪ੍ਰਾਪਤੀ ਕੀਤੀ ਹੈ ਉਹਨਾਂ ਦੇ ਤਾਂ ਹੀ ਸਾਧ ਸੰਗਤ ਜੀ ਸਰਵਣ ਮੰਨਣ ਵਿਆਸਨ ਰੂਪ ਦੇ ਗ੍ਰਾਮ ਨਗਰ ਪ੍ਰਾਪਤ ਹੋ ਗਿਆ ਹੈ ਇਹਨਾਂ ਗੁਣਾਂ ਕਰਕੇ ਸਰੂਪ ਰੂਪੀ ਘਰ ਚੋਂ ਵਸਿਆ ਹੈ ਸਤਿਗੁਰੂ ਤੁਠੈ ਨਾਉ ਸਤਿਗੁਰੂ ਸਾਹਿਬ ਜੀ ਇਹਨਾਂ ਤੋਂ ਤੁਠੇ ਪ੍ਰਸੰਨ ਹੋਏ ਹਨ ਪ੍ਰੇਮ ਰਹੱਸਿਆ ਉਹਨਾਂ ਨੂੰ ਨਾਮ ਪ੍ਰਾਪਤ ਹੋਇਆ ਨਾਮ ਕਰਕੇ ਪ੍ਰੇਮ ਰਹੱਸਿਆ ਨਾਮ ਦੇ ਪ੍ਰੇਮ ਕਰਕੇ ਰਸਿਆ ਪਿਤਾ ਨੂੰ ਪ੍ਰਾਪਤ ਹੋਇਆ ਪ੍ਰੇਮ ਕਰਕੇ ਸਿਧਾਂਤ ਨੂੰ ਪ੍ਰਾਪਤ ਹੋ ਗਿਆ ਰਸਿਆ ਪ੍ਰਸੰਨ ਹੋ ਗਿਆ ਪ੍ਰੇਮ ਨੂੰ ਪਾ ਕੇ ਸੱਚੇ ਦਾ ਦੀਵਾਨ ਸੱਚੇ ਦਾ ਦੀਵਾਨ ਜੋ ਸਾਧ ਸੰਗਤ ਹੈ ਸੱਚੇ ਦਾ ਦੀਵਾਨ ਜੋ ਸੱਚਖੰਡ ਹੈ ਕੂੜ ਨਾ ਜਾਈਏ ਉੱਥੇ ਕੂੜ ਦੀ ਜਗ੍ਹਾ ਨਹੀਂ ਹੈ ਭਾਈ ਕੂੜ ਬੋਲਣੇ ਕਰਕੇ ਨਹੀਂ ਉੱਥੇ ਪਹੁੰਚਿਆ ਜਾਂਦਾ ਕੂੜੇ ਪੁਰਖ ਜਿਹੜੇ ਕੂੜੇ ਪਦਾਰਥਾਂ ਦੀ ਲੱਗੇ ਰਹਿੰਦੇ ਹਨ ਝੂਠ ਵਖਾਣ ਜਿਹੜੇ ਆਦਮੀ ਆਪ ਝੂਠੇ ਜੀਵਨ ਵਾਲੇ ਹੈ
ਤੇ ਝੂਠੀ ਬੋਲਣਾ ਕਰਦੇ ਹਰ ਵਕਤ ਸੋ ਮਹਿਲ ਖੁਆਈਏ ਉਹਨਾਂ ਨੂੰ ਕੁਰੀਆ ਪਦ ਕੀ ਮਹਿਲ ਨਹੀਂ ਪ੍ਰਾਪਤ ਹੁੰਦਾ ਸਚਖੰਡ ਕੀ ਮਹਿਲ ਨਹੀਂ ਪ੍ਰਾਪਤ ਹੁੰਦਾ ਉਹ ਆਪਦੇ ਮਹਲ ਸਰੂਪ ਨੂੰ ਖੁਆਈਏ ਗਵਾ ਲੈਂਦੇ ਆ ਭੁੱਲ ਜਾਂਦੇ ਹਨ ਉਹ ਇਸ ਰਸ ਨਹੀਂ ਪ੍ਰਾਪਤ ਹੁੰਦੇ ਸੱਚਾ ਸ਼ਬਦ ਨਿਸ਼ਾਨ ਜਿਨ੍ਹਾਂ ਦੇ ਹਿਰਦੇ ਚ ਸੱਚੇ ਸ਼ਬਦ ਦਾ ਨਿਸ਼ਾਨ ਲੇਖ ਲਿਖਿਆ ਹੋਇਆ ਹੈ ਠਾਕ ਨਾ ਪਾਈਏ ਕੋਈ ਰੋਕ ਨਹੀਂ ਪਾ ਸਕਦਾ ਸ਼ਬਦ ਦੇ ਆਸਰੇ ਉਹ ਨਿਰਵਿਘਨ ਪਹੁੰਚ ਜਾਂਦੇ ਵਾਹਿਗੁਰੂ ਦੇ ਚਰਨਾਂ ਵਿੱਚ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਜਿਨ੍ਹਾਂ ਨਿਸ਼ਾਨ ਪ੍ਰਗਟ ਕੀਤਾ ਹਿਰਦੇ ਚ ਉਹਨਾਂ ਨੂੰ ਕਾਮ ਕ੍ਰੋਧ ਰਾਗ ਦੇ ਖਾਦ ਕੋਈ ਜਮਦੂਤ ਰੋਕ ਨਹੀਂ ਪਾ ਸਕਦੇ ਮਹਾਰਾਜ ਦੇ ਚਰਨਾਂ ਚ ਪਹੁੰਚਦੇ ਹਾਂ ਸੱਚ ਸੁਣ ਬੁੱਝ ਵਖਾਣ ਮਹਾਰਾਜ ਦੇ ਸੱਚੇ ਦਾ ਨਾਮ ਦਾ ਹੀ ਸਰਵਣ ਕਰਦੇ ਗੁਰਸਿੱਖ ਸੱਚੇ ਦੇ ਨਾਮ ਹੀ ਸਰਵਣ ਕਰਦੇ ਹੈ ਸੱਚੇ ਦੇ ਨਾਮ ਨੂੰ ਗੁਰਾਂ ਤੋਂ ਬੁੱਝ ਪੁੱਛਦੇ ਹੈ ਫਿਰ ਪੁੱਛ ਕਰਕੇ ਸਰਵਣ ਕਰਦੇ ਹੈ ਫਿਰ ਮੰਨਣ ਕਰਦੇ ਹੈ ਫਿਰ ਵਿਖਿਆਨ ਅਭਿਆਸਨ ਕਮਾਈ ਕਰਦੇ ਆ ਮਹਿਲ ਬੁਲਾਈਏ ਜਿਹੜੇ ਸੱਚੇ ਨੂੰ ਸੁਣਦੇ ਆ ਤੇ ਸੱਚੇ ਨੂੰ ਗੁਰਾਂ ਤੋਂ ਬੁੱਝਦੇ ਆ ਸਮਝਦੇ ਆ ਉਹ ਮੰਨਣ ਕਰਕੇ ਵਿਖਿਆਨ ਅਭਿਆਸਨ ਕਰਦੇ ਕਮਾਈ ਕਰਦੇ ਹੈ ਉਹਨਾਂ ਨੂੰ ਮਹਿਲ ਤੁਰਿਆ ਪਰ ਸਰੂਪ ਵਿੱਚ ਮਾਰਾ ਬੁਲਾਈਏ ਬੁਲਾ ਲੈਂਦੇ ਆ ਇਸ ਪ੍ਰਕਾਰ ਭੇਦ ਹੋ ਜਾਂਦੇ ਜੰਮਣ ਮੰਤਰ ਰਹਿ